ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਸਕਤਰ ਸਿੰਘ ਸੰਧੂ ਸੀਟਲ ਤੋਂ ਤੇ ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਭਾਜੀ ਸਿਮਰਨ ਸਿੰਘ ਸਾਡਾ ਟੀਵੀ ਯੂਐਸ ਵਾਲਿਆਂ ਨਾਲ ਆ ਸਿਮਰਨ ਸਿੰਘ ਭਾਜੀ ਸੀਟਲ ਵਿੱਚ ਰਹਿੰਦੇ ਆ ਕਿਸੇ ਜਾਣ ਪਹਿਚਾਣ ਦੀ ਮਹਤਾਜ ਨਹੀਂ ਇਹਨਾਂ ਨੇ ਪਿੰਡ ਅਮਰੀਕਾ ਫਿਲਮ ਕੀਤੀ ਸੀਗੀ ਇਹਨਾਂ ਨੇ ਲਿਖੀ ਵੀ ਉਹ ਆਪ ਤੇ ਡਾਇਰੈਕਟ ਵੀ ਕੀਤੀ ਇਸ ਤੋਂ ਪਹਿਲਾਂ ਇੱਕ ਇਹਨਾਂ ਨੇ ਆਪਣੇ ਬੰਦੀ ਸਿੰਘਾਂ ਉੱਤੇ ਫਿਲਮ ਬਣਾਈ ਸੀ ਜੇਲ੍ਹਾਂ ਵਾਲੇ ਤੇ ਹੁਣ ਇਹ 3 ਅਗਸਤ ਨੂੰ ਇੱਕ ਜ਼ਫਰਨਾਵਾ ਪਲੇ ਲੈ ਕੇ ਆ ਰਹੇ ਆ ਓਵਰਨ ਵਾਸ਼ਿੰਗਟਨ ਦੇ ਵਿੱਚ ਐਡਰੈਸ ਅਸੀਂ ਤੁਹਾਨੂੰ ਲਿਟਰ ਦੱਸ ਦੇਵਾਂਗੇ ਤੇ ਆਪਾਂ ਅੱਜ ਇਹਨਾਂ ਦੇ ਨਾਲ ਗੱਲ ਕਰਨ ਜਾ ਰਹੇ ਹਾਂ ਕਿ ਜ਼ਫਰਨਾਵਾ ਪਲੇ ਕਿ ਕਦੋਂ ਕਿੱਥੇ ਤੇ ਕਿਵੇਂ ਹੋ ਰਿਹਾ ਤੇ ਉਹਨੂੰ ਕੌਣ ਕਰ ਰਹੇ ਨੇ ਭਾਜੀ ਸਿਮਰਨ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਤੁਹਾਨੂੰ ਆਪਣੇ ਸਿਆਟਲ ਦੇ ਸਰੋਤਿਆਂ ਦੇ ਰੂਬਰੂ ਕਰਾਉਣ ਜਾ ਰਹੇ ਹਾਂ ਬੈਸੇ ਤੁਸੀਂ ਕਿਸੇ ਜਾਣ ਪਹਿਚਾਨਦੇ ਮੌਤਾਜ ਨਹੀਂਗੇ ਤੁਸੀਂ ਫਿਲਮਾਂ ਵੀ ਬਣਾਈਆਂ ਜੀ ਪਿੰਡ ਅਮਰੀਕਾ ਬਣਾਈ ਜ਼ੀਲਾਂ ਵਾਲੇ ਆਪਣੇ ਬੰਤੀ ਸਿੰਘਾਂ ਦੇ ਉੱਤੇ ਬਣਾਈ ਤੇ ਵੱਡੇ ਪਰਦੇ ਤੋਂ ਸਿਨੇਮੇ ਦੇ ਵਿੱਚ ਜਿੱਥੇ ਸਾਡੇ ਕੋਲ ਜਿਸ ਲਈ ਐਕਟਰ ਐਕਟਿੰਗ ਕਰਦੀ ਤੇ ਸਾਡੇ ਕੋਲ ਉਹਨੂੰ ਐਡਿਟ ਕਰਨ ਦੀ ਆਪਸ਼ਨ ਹੁੰਦੀ ਆ ਰੀ ਟੇਕ ਦੀ ਆਪਸ਼ਨ ਹੁੰਦੀ ਆ ਉਹਨੂੰ ਛੱਡ ਕੇ ਤੁਸੀਂ ਪਲੇ ਹੁਣ ਕਰਵਾਉਣ ਜਾ ਰਹੇ ਹੋ ਜੀ ਜ਼ਫਰਨਾਵਾ ਓਬਰਨ ਦੇ ਵਿੱਚ 3 ਅਗਸਤ ਨੂੰ ਤੁਹਾਡੇ ਮਨ ਦੇ ਵਿੱਚ ਫਿਲਮਾਂ ਤੋਂ ਜਿਹੜਾ ਇਹ ਪਲੇ ਆ ਇਹਨੂੰ ਕਰਾਉਣ ਦੀ ਕਿਵੇਂ ਗੱਲ ਆਈ ਤੇ ਇਹਨਾਂ ਦਾ ਕੀ ਫਰਕ ਆ ਜੀ ਫਿਲਮਾਂ ਦਾ ਤਾਂ ਪਲੇ ਦਾ ਬਹੁਤ-ਬਹੁਤ ਧੰਨਵਾਦ ਜੀ ਤੁਹਾਡਾ ਤੁਸੀਂ ਕਿਉਂਕਿ ਸਾਡਾ ਟੀਵੀ ਦੇ ਉੱਤੇ ਅਸੀਂ ਸਾਡੀ ਗੱਲਬਾਤ ਕਰਦੇ ਆ ਤੇ ਬਾਕੀ ਵੀ ਸੋਸ਼ਲ ਮੀਡੀਆ ਤੇ ਸਾਰੀ ਜਾਣੀ ਆ ਫਿਲਮਾਂ ਤੋਂ ਬਾਅਦ ਜਿਹੜਾ ਜਫਰਨਾਮਾ ਪਲੇ ਦੀ ਮੈਂ ਇਸ ਜਿਹੜੀ ਕਲਾ ਦੀ ਜਿਹੜੀ ਵਿਧਾ ਨਾਲ ਆਏ ਵਾਲੀ ਥੀਏਟਰ ਦੀ ਉਹਦੀ ਰਿਸਪੈਕਟ ਬਹੁਤ ਕਰਦਾ ਕਿਉਂਕਿ ਸਾਡੇ ਜਿਹੜੇ ਸੁਰਿੰਦਰ ਸਿੰਘ ਧਨੋਆ ਜੀ ਆ ਜਿਨ੍ਹਾਂ ਨੇ ਇਹ ਪਲੇ ਲਿਖਿਆ ਵੀ ਹੈ ਤੇ ਡਾਇਰੈਕਟ ਵੀ ਕੀਤਾ ਹੈ ਉਹ ਉਹਨਾਂ ਨੇ ਇਸ ਕਲਾ ਨੂੰ ਜਿਉਂਦਾ ਰੱਖਿਆ ਉਹਨਾਂ ਦੀ ਟੀਮ ਨੇ ਵੀ ਤੇ ਮੈਂ ਉਹਨਾਂ ਦੇ ਨਾਲ ਬੜੇ ਚਿਰ ਤੋਂ ਜੁੜਿਆ ਹੋਇਆ ਹਾਂ ਪਹਿਲਾਂ ਉਹਨਾਂ ਦੀ ਹੁਕਮੋ ਦੀ ਹਵੇਲੀ ਵੀ ਮੈਂ ਰਿਕਾਰਡ ਕੀਤਾ ਸੀਗਾ ਕੈਲੀਫੋਰਨੀਆ ਰਹਿੰਦੇ ਜਦੋਂ ਠੀਕ ਹੈ ਜੀ ਫਿਰ ਉਸ ਤੋਂ ਬਾਅਦ ਮਹਾਰਾਣੀ ਜਿੰਦਾ ਠੀਕ ਹੈ ਜੀ ਹਨਾ ਤੇ ਹੁਣ ਆ ਜਿਹੜਾ ਜਫਰ ਨਾਮਾ ਆ ਮੈਂ ਸ਼ੁਰੂ ਤੋਂ ਧਨੋਆ ਸਾਹਿਬ ਦੇ ਨਾਲ ਜੁੜਿਆ ਹਾਂ ਉਹਨਾਂ ਦੀ ਟੀਮ ਦੇ ਨਾਲ ਸੋਨੂ ਰਾਣਾ ਜੀ ਜਿਹੜੇ ਉਹ ਮੈਨੇਜ ਵੀ ਕਰਦੇ ਆ ਸੋ ਜਦੋਂ ਇਹ ਜਫਰ ਨਾਮਾ ਦੀ ਪ੍ਰੈਕਟਿਸ ਸ਼ੁਰੂ ਹੋਈ ਸੀ ਮੈਂ ਉਦੋਂ ਹੀ ਉਹਨਾਂ ਨੂੰ ਕਹਤਾ ਸੀ ਕਿ ਮੈਂ ਹੁਣ ਸ਼ਟਰਲ ਦੇ ਵਿੱਚ ਹਾਂ ਤੇ ਮੈਨੂੰ ਇਹ ਪਲੇ ਇੱਕ ਸ਼ੋਅ ਚਾਹੀਦਾ ਤੁਹਾਡਾ ਕਿਉਂਕਿ ਇਹਦੀ ਡਿਮਾਂਡ ਬਹੁਤ ਜ਼ਿਆਦਾ ਆ ਅਮਰੀਕਾ ਕੈਨੇਡਾ ਚ ਹੁਣ ਸਾਡੇ ਤੋਂ ਪਹਿਲਾ ਵੀਕ ਹੈ ਜਿਹੜਾ ਸਰੀ ਹੋਣਾ ਆ ਠੀਕ ਆ ਜੀ ਇਹ ਹੀ ਪਲੇ ਠੀਕ ਆ ਜੀ ਤੇ ਸਾਡੇ ਤੋਂ ਦੂਸਰੇ ਦਿਨ 4 ਤਰੀਕ ਨੂੰ ਜਿੱਦਾਂ ਸਾਡਾ 3 ਅਗਸਤ ਨੂੰ ਸ਼ੋਅ ਹੋ ਰਿਹਾ ਤੇ 4 ਤਰੀਕ ਨੂੰ ਬੈਲਹਿੰਗਮ ਦੇ ਵਿੱਚ ਵੀ ਆ ਉੱਥੋਂ ਦੀਆਂ ਪ੍ਰਬੰਧਕ ਕਮੇਟੀਆਂ ਤੇ ਆਰਗੇਨਾਈਜੇਸ਼ਨ ਸਾਰੀਆਂ ਜਿਹੜੀਆਂ ਰਲ ਮਿਲ ਕੇ ਉੱਥੇ ਸ਼ੋਅ ਕਰਵਾ ਰੀਆਂ ਠੀਕ ਹੈ ਉੱਥੇ ਵੀ ਹੈਗਾ ਡਿਮਾਂਡ ਬੜੀ ਹੈ ਦੂਸਰਾ ਹੈਗਾ ਕਿ ਅਸੀਂ ਬੜੇ ਸਾਰੇ ਸ਼ੋਅ ਹੋਰ ਵੀ ਕਰਵਾਉਣੇ ਆ ਜਿੱਦਾਂ ਪਿਛਲੀ ਵਾਰੀ ਕਰਵਾਇਆ ਸੀ ਜਾਂ ਗਾਇਕ ਵੀ ਆਉਂਦੇ ਰਹਿੰਦੇ ਆ ਸਿੰਗਰ ਤੇ ਮੇਲੇ ਵੀ ਹੁੰਦੇ ਰਹਿੰਦੇ ਪਰ ਜਿਹੜਾ ਧਾਰਮਿਕ ਹੁੰਦੇ ਨਾ ਸ਼ੋਅ ਹਾਂਜੀ ਉਹ ਕਿਤੇ ਸਾਲਾਂ ਬਾਅਦ ਹੁੰਦੇ ਆ ਇਸ ਤੋਂ ਪਹਿਲਾਂ ਜਿਹੜਾ ਮਿੱਟੀ ਤੁੰਦ ਜਗਚਾਨਨ ਹੋਇਆ ਉਹ ਵੀ ਸੁਰਿੰਦਰ ਸਿੰਘ ਤਨੂ ਆਉਣਾ ਦਾ ਹੀ ਸੀਗਾ ਠੀਕ ਹੈ ਜੀ ਉਸ ਤੋਂ ਬਾਅਦ ਇਹ 4 ਸਾਲਾਂ ਬਾਅਦ ਹੋਣਾ ਆਇਆ ਵਾ ਚਾਰ ਸਾਲਾਂ ਬਾਅਦ ਹੁਣ ਫੇਰ ਹੋਣ ਲੱਗਿਆ ਹੈ ਨਾ ਠੀਕ ਹੈ ਸੋ ਧਾਰਮਿਕ ਜਿਹੜਾ ਅਸੀਂ ਬੱਚਿਆਂ ਨੂੰ ਦਿਖਾਉਣਾ ਹੁੰਦਾ ਨਾ ਆਪਣੀ ਹਿਸਟਰੀ ਨੂੰ ਉਹ ਸਾਲਾਂ ਬਾਅਦ ਹੀ ਹੁੰਦਾ ਹੁੰਦਾ ਹੈ ਤਾਂ ਕਰਕੇ ਮੈਨੂੰ ਸੀਗਾ ਵੀ ਇੱਕ ਤਾਂ ਇਸ ਕਲਾ ਦੀ ਮੈਂ ਰਿਸਪੈਕਟ ਦਿਲੋਂ ਕਰਦਾ ਹਾਂ ਹਾਂਜੀ ਤੇ ਜਦੋਂ ਕਿ ਮੈਨੂੰ ਮੈਂ ਕਈ ਵਾਰ ਹਰਾਨ ਨੂੰ ਨਾ ਵੀ सुरेंद्र ਸਿੰਘ ਤਨੋਆ ਜਾਂ ਸਾਡੇ ਰਾਣਾ ਸਾਹਿਬ ਜਿਹੜੇ ਆਰਗੇਨਾਈਜ਼ ਵੀ ਕਰਦੇ ਨਾਲ ਉਹਨਾਂ ਨੂੰ ਮੈਂ ਪੁੱਛਿਆ ਸੀ ਕਿ ਤੁਹਾਨੂੰ ਮੈਂ ਕਿੰਨੇ ਕ ਪੈਸੇ ਦੇਣੇ ਆ ਹਾਂਜੀ ਉਹ ਕਹਿੰਦੇ ਤੁਸੀਂ ਬਹਿਣ ਦੀ ਪਰਵਾਹ ਨਾ ਕਰੋ ਡਿਮਾਂਡ ਕੋਈ ਨਹੀਂ ਕਰਦੇ ਜਦੋਂ ਕਿ 25 26 ਬੰਦਿਆਂ ਦੀ ਪਾਜੀ ਟੀਮ ਆ 25 26 ਬੰਦਿਆਂ ਦੀ ਟੀਮ ਜਿਹੜੀ ਆਪਣੇ ਇਥੇ ਸੈਟਲ ਆ ਆਇਆ ਨੇ ਪਲੇ ਕਰ ਲਈ ਜਿਨ੍ਹਾਂ ਨੇ ਪਲੇ ਕਰ ਪਰਫਾਰਮ ਕਰ ਲਈ ਹਾਂਜੀ ਪਰਫਾਰਮ ਕਰਨ ਦੇ ਵਾਸਤੇ ਉਹਨਾਂ ਨੇ ਸਾਰਿਆਂ ਨੇ ਆਉਣਾ ਹਾਂਜੀ ਸੋ ਇਹ ਔਖਾ ਕੰਮ ਨਹੀਂ ਜੀ ਤੁਹਾਨੂੰ ਲੱਗਦਾ ਜਿਹੜਾ ਮੈਨੂੰ ਤਾਂ ਪਰਸਨਲੀ ਲੱਗਦਾ ਕਿ ਫਿਲਮ ਦੇ ਵਿੱਚ ਕੰਮ ਕਰਨ ਦੇ ਨਾਲੋਂ ਜਿਹੜਾ ਸਟੇਜ ਦੇ ਉੱਤੇ ਲਾਈਵ ਪਰਫਾਰਮ ਕਰਨਾ ਔਖੀ ਗੱਲ ਆ ਇਹ ਬਿਲਕੁਲ ਉਹਨਾਂ ਫਿਲਮ ਨੂੰ ਸਾਨੂੰ ਮਹੀਨਾ ਲੱਗਿਆ ਬਣਾਉਂਦੇ ਆ ਹਾਂਜੀ ਹਨਾ ਤੇ ਉਹ ਵੀ 2 ਘੰਟੇ ਦੀ ਆ ਇਹ ਪਲੇ ਆ 2 ਘੰਟੇ ਦਾ 2 ਘੰਟੇ ਦਾ ਪਲੇ ਆ ਹਨਾ ਪਰ ਇਹ ਇੱਕ ਦਿਨ ਚ ਹੀ ਮੰਨ ਲਓ ਉਹਨਾਂ ਨੇ ਆਉਣਾ ਖੇਡ ਕੇ ਚੱਲ ਜਾਣਾ ਪਰ ਇੱਥੇ ਕੋਈ ਰੀ ਟੇਕ ਨਹੀਂ ਹੈ ਨਾ ਰੀ ਟੇਕ ਹੋਇ ਨਹੀਂ ਥੀਏਟਰ ਚ ਕੋਈ ਰੀ ਟੇਕ ਨਹੀਂ ਥੀਏਟਰ ਦੇ ਵਿੱਚ ਸਾਹਮਣੇ ਤੁਹਾਡੇ ਆਡੀਅנס ਬਿਠੀ ਆ ਉੱਥੇ ਹਜ਼ਾਰ ਬੰਦਾ ਬਿਠਾ 7-800 ਹਜ਼ਾਰ ਬੰਦਾ ਆਪਣੇ ਓਵਰਨ ਦੇ ਵਿੱਚ ਵੀ ਜਿੱਥੇ ਆਪਾਂ ਕਰਵਾਵਾਂਗੇ ਜੀ ਜੀ ਉਹਦੇ ਵਿੱਚ ਹਰ ਤਰ੍ਹਾਂ ਦੀ ਆਡੀਅנס ਆ ਪੜ੍ਹੇ ਲਿਖੇ ਸਿਆਣੇ ਇਤਿਹਾਸ ਦੇ ਜਾਣੂ ਹੋਣਗੇ ਜੀ ਆਹ ਕਿੰਨੇ ਪਰਫੈਕਟ ਤੇ ਪਰਪੱਕ ਹੋਣਾ ਪਊਗਾ ਇਹਨਾਂ ਨੂੰ ਉਹਨੂੰ ਲਾਈਵ ਕਰਨ ਲਈ ਕਿਉਂਕਿ ਇਤਿਹਾਸ ਨਾਲ ਸੰਬੰਧਿਤ ਗੱਲ ਆ ਬਿਲਕੁਲ ਜੇਤ ਕੋਈ ਕਹਾਣੀ ਹੋਵੇ ਉਹਦੇ ਵਿੱਚ ਤੇ ਕੋਈ ਵਾਦਾ ਘਾਟਾ ਵੀ ਬੋਲ ਦਿੱਤਾ ਕੁਝ ਵੀ ਕਹਿ ਦਿੱਤਾ ਠੀਕ ਹੈ ਨਾ ਇਹ ਇਤਿਹਾਸਿਕ ਗੱਲ ਹੈ ਇੱਥੇ ਕੋਈ ਲਫ਼ਜ਼ ਐ ਸਾਰੇ ਜਿਹੜੇ ਆ ਗਿਣ ਤੋਲ ਕੇ ਬੋਲ ਹੋਣੇ ਆ ਫਿਰ ਉੱਥੇ ਕੁਝ ਆਈ ਮੀਨ ਇਹ ਨਹੀਂ ਹੈਗਾ ਕਿ ਜੇ ਸੀਨ ਗਲਤ ਕੀਤਾ ਗਿਆ ਉਹਨੂੰ ਦੁਆਰੀ ਕਰ ਲਓ ਇਦਾਂ ਨਹੀਂ ਤੇ ਮੈਂ ਹੈਰਾਨ ਇਸ ਗੱਲ ਤੋਂ ਵੀ ਕਿੰਨੇ ਪਰਪੱਕ ਹੋਣਗੇ ਉਹ ਜਿਹੜੇ ਸਾਡੇ ਅੰਦਰ ਦੇ ਵਿੱਚ ਹੇ ਹਿਸਾਲਣਗੇ ਇਸ ਪਲੇ ਦੇ ਵਿੱਚ ਜਿੰਨੇ ਵੀ ਆਪਣੇ ਆਈ ਮੀਨ ਆਉਣਗੇ ਇਹਨੂੰ ਪਲੇ ਕਰਨ ਦੇ ਲਈ ਜੀ ਤੇ ਸਾਨੂੰ ਚਾਹੀਦਾ ਜੀ ਮੈਂ ਤਾਂ ਸਰੋਤਿਆਂ ਨੂੰ ਵੀ ਇਹ ਕਹੂੰਗਾ ਕਿ ਸਾਰਿਆਂ ਨੂੰ ਚਾਹੀਦਾ ਵੱਧ ਚੜ ਕੇ ਇਹਨਾਂ ਦੀ ਹੌਸਲਾ ਫਜ਼ਾਈ ਕਰਨੀ ਚਾਹੀਦੀ ਆ ਜਿਹੜਾ ਆਪਾਂ ਪਹਿਲਾਂ ਛੋਟੇ ਹੁੰਦੇ ਦੇਖਦੇ ਹੁੰਦੇ ਸੀ ਜੀ ਪਿੰਡਾਂ ਦੇ ਵਿੱਚ ਪਲੇ ਹੁੰਦੇ ਸੀ ਡਰਾਮੇ ਹੁੰਦੇ ਹੁੰਦੇ ਆਪਾਂ ਉਹਨਾਂ ਨੂੰ ਡਰਾਮੇ ਕਹਿੰਦੇ ਉਦੋਂ ਡਰਾਮੇ ਕਹਿੰਦੇ ਤੁਸੀਂ ਨਾਟਕ ਕਹਿੰਦੇ ਸੀ ਡਰਾਮੇ ਕਹਿੰਦੇ ਸੀ ਜੀ ਹੁਣ ਇੱਥੇ ਤਾਂ ਬਹੁਤ ਘਟਿਆ ਜੀ ਫਿਲਮਾਂ ਤਾਂ ਦੇਖਣ ਸਾਰੇ ਚੱਲ ਜਾਂਦੇ ਆ ਤੇ ਖਾਸ ਕਰਕੇ ਜਿਹੜੀ ਜ਼ਫਰਨਾਮੇ ਦੀ ਗੱਲ ਆ ਜੀ ਜ਼ਫਰਨਾਮਾ ਸਾਡੇ ਸਿੱਖ ਧਰਮ ਦੇ ਨਾਲ ਤੇ ਗੁਰੂ ਗੋਬਿੰਦ ਸਿੰਘ ਜੀ ਦੇ ਵੱਲੋਂ ਜਿਹੜੀ ਲਿਖੀ ਆਖਰੀ ਚਿੱਠੀ ਸੀਗੀ ਔਰੰਗਜ਼ੇਬ ਲਈ ਬਿਲਕੁਲ ਜੀ ਉਹਦੇ ਸਬੰਧ ਦੇ ਵਿੱਚ ਨਾ ਬੜਾ ਵੱਡਾ ਜਫਰਨਾਮੇ ਦਾ ਪਰ ਇਹ ਫਾਰਸੀ ਵਿੱਚ ਲਿਖਿਆ ਕਰਕੇ ਲੋਕਾਂ ਨੂੰ ਪਤਾ ਨਹੀਂ ਇਹਦੇ ਬਾਰੇ ਤੁਸੀਂ ਕੁਝ ਜਫਰਨਾਮੇ ਬਾਰੇ ਦਸੋਗੇ ਜੀ ਕਿ ਇਹਦੇ ਵਿੱਚ ਕੀ ਹੋਊਗਾ ਤੇ ਮਤਲਬ ਜਫਰਨਾਮੇ ਨੂੰ ਜੇ ਤੁਸੀਂ ਸੰਖੇਪ ਸ਼ਬਦਾਂ ਵਿੱਚ ਬਿਆਨਣਾ ਹੋਵੇ ਆਪਣੇ ਆਡੀਅנס ਨੂੰ ਦੱਸਣ ਲਈ ਕਿ ਇਹਦੇ ਵਿੱਚ ਕੀ ਹੋਊਗਾ ਉਹਦੋਂ ਇਹਦੇ ਵਿੱਚ ਜਿਹੜਾ ਸਹਿਬਜ਼ਾਦਿਆਂ ਦੀ ਸ਼ਹਾਦਤ ਤੋਂ ਬਾਅਦ ਜਾਂ ਜੰਗਾਂ ਤੋਂ ਬਾਅਦ ਜਿਹੜਾ ਗੁਰੂ ਸਾਹਿਬ ਨੇ ਇੱਕ ਫਤਿਹ ਦੀ ਚਿੱਠੀ ਜਿਹੜੀ ਲਿਖੀ ਉਹਨੂੰ ਫਤਿਹ ਦੀ ਚਿੱਠੀ ਆਪਾਂ ਕਹਿ ਸਕਦੇ ਹਾਂ ਜੇ ਇਹਨੂੰ ਪੜ੍ਹ ਕੇ ਉਹ ਇੰਨਾ ਜ਼ਿਆਦਾ ਪਛਤਾਵਾ ਹੋਇਆ ਸੀਗਾ ਔਰੰਗਜ਼ੇਬ ਨੂੰ ਹਾਂਜੀ ਔਰੰਗਜ਼ੇਬ ਦੀ ਜਿਹੜੀ ਜਫਰਨਾਮਾ ਪੜਨ ਤੋਂ ਬਾਅਦ ਦੀ ਜਿਹੜੀ ਅਵਸਥਾ ਹੈ ਨਾ ਮਨੋਅਵਸਥਾ ਹਾਂਜੀ ਉਹ ਇਸ ਪਲੇ ਦੇ ਵਿੱਚ ਤੁਹਾਨੂੰ ਦੇਖਣ ਨੂੰ ਮਿਲੂਗੀ ਜਿਹੜੀ ਤੁਸੀਂ ਕਦੇ ਕਿਸੇ ਫਿਲਮ ਵਿੱਚ ਜਾਂ ਇਤਿਹਾਸ ਦੇ ਵਿੱਚ ਦੇਖੀ ਵੀ ਨਹੀਂ ਹੋਣੀ ਸੋ ਇਹਨੂੰ ਐਕਸਪਲੇਨ ਨਹੀਂ ਕੀਤਾ ਜਾ ਸਕਦਾ ਇਹਨੂੰ ਦੱਸਿਆ ਨਹੀਂ ਜਾ ਸਕਦਾ ਮਾਣਿਆ ਜਾ ਸਕਦਾ ਸਾਹਮਣੇ ਦੂਸਰਾ ਜਦੋਂ ਆਰਟਿਸਟਾਂ ਦੀ ਇੰਨੀ ਤੁਸੀਂ ਪ੍ਰੈਕਟਿਸ ਦੇਖੋਗੇ ਜਿੱਦਾਂ ਤੁਸੀਂ ਕਹਾ ਕਿ ਫਿਲਮ ਦੇ ਵਿੱਚ ਤਾਂ ਵੀ ਆਰੀ ਰੀ ਟੇਕ ਕਰਕੇ ਤਾਂ ਤੁਸੀਂ ਸੀਨ ਨੂੰ ਸਹੀ ਕਰ ਲੈਂਦੇ ਆ ਹਾਂਜੀ ਹਾਂਜੀ ਇਹਦੇ ਵਿੱਚ ਤਾਂ ਸਿੰਗਲ ਟੇਕ ਹੈ ਜੀ ਤੁਹਾਡਾ ਸਿੰਗਲ ਟੇਕ ਹੈ ਤੇ ਕਿੰਨੀ ਉਹਨਾਂ ਲੋਕਾਂ ਦੀ ਪ੍ਰੈਕਟਿਸ ਹੋਊਗੀ ਹਨਾ ਫਿਰ ਪਰਫੈਕਸ਼ਨ ਉਹਨਾਂ ਦੀ ਹਰ ਇੱਕ ਚਾਲ ਦੇ ਵਿੱਚ ਦੂਜਾ ਮੈਂ ਜਦੋਂ ਇਹ ਪਲੇ ਕਰਦੇ ਪਹਿਲੇ ਪਲੇਆ ਦੇ ਵਿੱਚ ਮੈਂ ਦੇਖਿਆ ਕਿ ਇੱਕ ਇੱਕ ਆਰਟਿਸਟ ਹੈ ਜਿਹੜੇ ਕਈ ਵਾਰ ਪੂਰੇ ਪਲੇ ਦੇ ਵਿੱਚ 2 ਘੰਟਿਆਂ ਵਿੱਚ ਪਿੱਛੇ ਜਾਂਦਾ ਕੱਪੜੇ ਬਦਲ ਕੇ ਤਿੰਨ ਤਿੰਨ ਜਿਹੜੇ ਰੂਲਾਂ ਦੇ ਵਿੱਚ ਆਉਂਦੀ ਰੂਲਾਂ ਦੇ ਵਿੱਚ ਆ ਜਾਂਦਾ ਵਾਹ ਜੀ ਸੋ ਇਹਦੇ ਵਿੱਚ ਸਾਬਜਾਦਿਆਂ ਦੀ ਸ਼ਹਾਦਤ ਦਾ ਜੰਗਾ ਜੁੱਦਾਂ ਦੀ ਗੱਲ ਔਰੰਗਜ਼ੇਬ ਦੀ ਗੱਲ ਜ਼ਫਰਨਾਮੇ ਦੇ ਆਲੇ ਦੁਆਲੇ ਹੀ ਸਾਰਾ ਕੁਝ ਮਦਾਇਆ ਤੇ ਇਹ ਜਿਹੜਾ ਜ਼ਫਰਨਾਮਾ ਆ ਇਹ ਤਾਂ ਹੈ ਹੀ ਸਾਡਾ ਸਹਿਤ ਨਾਲ ਸੰਬੰਧਤ ਆ ਹਨਾ ਤੇ ਇਹ ਸਾਡੀ ਗੁਰੂ ਗੋਬਿੰਦ ਸਿੰਘ ਜੀ ਦਾ ਜਿਹੜਾ ਇੱਕ ਵਿੰਗਾਰ ਪੱਤਰ ਉਹਨਾਂ ਨੂੰ ਤੁਸੀਂ ਕਹਿ ਲੋ ਇਤਿਹਾਸਕ ਆ ਤੇ ਇਹ ਜਦੋਂ ਅਸੀਂ ਜਾਵਾਂਗੇ ਉੱਥੇ ਦੇਖਾਂਗੇ ਜੀ ਬਿਲਕੁਲ ਬਹੁਤ ਵੱਡੀ ਗੱਲ ਹੋਣੀ ਆ ਅਸੀਂ ਸਾਰੇ ਸਰੋਤਿਆਂ ਨੂੰ ਕਹਾਂਗੇ ਕਿ ਤੁਸੀਂ ਜ਼ਰੂਰ ਆਓ ਉਦੋਂ ਨੂੰ ਜੀ ਜ਼ਰੂਰ ਦੇਖੋ ਬੱਚਿਆਂ ਨੂੰ ਜ਼ਰੂਰ ਹੈ ਨਾ ਅਸਲ ਵਿੱਚ ਬੱਚਿਆਂ ਨੂੰ ਦਿਖਾਉਣ ਵਾਲਾ ਵੀ ਆ ਵੀ ਬੱਚਿਆਂ ਨੂੰ ਤਾਂ ਕਿ ਇਹ ਇਤਿਹਾਸ ਹਸਪਤਾਲ ਅੱਗੇ ਗਾਇਕਾਂ ਬਾਰੇ ਸਿੰਗਰਾਂ ਬਾਰੇ ਉਹਨਾਂ ਨੂੰ ਸਭ ਕੁਝ ਪਤਾ ਹੈ ਨਾ ਸ਼ੋਅ ਵੀ ਹੁੰਦੇ ਵੀ ਰਹਿੰਦੇ ਆ ਇਹ ਸਾਲਾਂ ਬਾਅਦ ਕੋਈ ਹੁਣ ਇਸ ਤੋਂ ਬਾਅਦ ਜਿਹੜਾ ਉਹਨਾਂ ਦਾ ਸ਼ੋਅ ਬਾਬਾ ਬੰਦਾ ਸਿੰਘ ਬਹਾਦਰ ਤੇ ਆ ਅੱਛਾ ਜੀ ਉਹਨਾਂ ਪਤਾ ਨਹੀਂ ਉਹਨੂੰ 2 ਸਾਲ ਕਿਉਂਕਿ ਜਦੋਂ ਇੱਕ ਪਲੇ ਤਿਆਰ ਹੁੰਦਾ ਨਾ ਮੈਂ ਤਕਰੀਬਨ ਡੇਢ ਸਾਲ ਪਹਿਲਾਂ ਦੀ ਮੇਰੀ ਗੱਲ ਚੱਲਦੀ ਇਹਨਾਂ ਨਾਲ ਹਾਂਜੀ ਹਾਂਜੀ ਜਦੋਂ ਇਹਨਾਂ ਦੀਆਂ ਰਿਹਸਲਾ ਸ਼ੁਰੂ ਹੋਈਆਂ ਸੀਗੀਆਂ ਤੇ ਮੈਂ ਉਦੋਂ ਕਿਹਾ ਸੀ ਕਿ ਮੈਨੂੰ ਸ਼ੋਅ ਚਾਹੀਦਾ ਆ ਹੁਣ ਅਰੇ ਅਸਲਾ ਤੋਂ ਬਾਅਦ ਸਾਲ ਬਾਅਦ ਕਿਤੇ ਸਟੇਜ ਦੇ ਉੱਤੇ ਪਹੁੰਚਾਇਆ ਤੇ ਤਕਰੀਬਨ 2 ਸਾਲਾਂ ਦੀ ਇਹਨਾਂ ਦੇ ਕੋ ਬੁਕਿੰਗ ਹੈਗੀ ਆ ਬੱਲੇ ਬੱਲੇ ਬੜੀ ਲੰਬੀ ਤਿਆਰੀ ਚਾਹੀਦੀ ਹੈ ਹਨ ਜਫਰ ਨਮਾ ਜਦੋਂ ਇਹਨਾਂ ਨੇ ਜਾਣਾ ਕਰਨ ਇੰਡੀਆ ਜਾਣਾ ਦਸੰਬਰ ਦੇ ਦਿਨਾਂ 'ਚ ਜਦੋਂ ਸਰੰਭ ਦਾ ਜੋੜ ਮੇਲਾ ਹੁੰਦਾ ਉੱਥੇ ਉੱਥੇ ਹੀ ਕਰਨਾ ਹੈ ਠੀਕ ਹੈ ਜੀ ਹਨਾ ਫਿਰ ਉਸ ਤੋਂ ਬਾਅਦ ਇਹਦੀ ਜਦੋਂ ਡਿਮਾਂਡ ਖਤਮ ਹੋਊਗੀ ਫਿਰ ਕਿਤੇ ਜਾ ਕੇ ਬਾਬਾ ਬੰਦਾ ਸਿੰਘ ਬਹਾਦਰ ਦਾ ਪਲੇ ਆਊਗਾ ਦਾ ਮਤਲਬ ਤੁਹਾਨੂੰ ਅਗਲੇ ਪਲੇ ਵਾਸਤੇ 3-4 ਸਾਲ ਹੋਰ ਵੇਟ ਕਰਨੀ ਪਊਗੀ ਬਹੁਤ ਜ਼ਿਆਦਾ ਮਿਹਨਤ ਦੀ ਲੋੜ ਹੈ ਬਹੁਤ ਜ਼ਿਆਦਾ ਪਿੱਛੇ ਰੀਜ਼ਨ ਭਾਜੀ ਇਹੀ ਆ ਕਿਉਂਕਿ ਪੂਰੇ ਅਮਰੀਕਾ ਕੈਨੇਡਾ ਦੇ ਵਿੱਚ ਐਡਾ ਵੱਡਾ ਕੋਈ ਵੀ ਜਿਹੜਾ ਨਾ ਪੰਜਾਬ ਲੋਕ ਰੰਗ ਵਰਗਾ ਕੋਈ ਗਰੁੱਪ ਨਹੀਂ ਹੈਗਾ ਹਾਂਜੀ ਕੈਨੇਡਾ ਵਿੱਚ ਵੀ ਇਹਨਾਂ ਦੇ ਸ਼ੋਅ ਹੁੰਦੇ ਆ ਅਮਰੀਕਾ ਵਿੱਚ ਵੀ ਹੁੰਦੇ ਆ ਨਾ ਠੀਕ ਹੈ ਸੋ ਬੇਨਤੀ ਆ ਸਾਰੇ ਸਾਡੇ ਜਿੰਨੇ ਦਰਸ਼ਕ ਆ ਮੈਨੂੰ ਇੱਕ ਇੱਥੇ ਗੱਲ ਯਾਦ ਆਉਂਦੀ ਆ ਕਿਤੇ ਕਿਸੇ ਸੱਜਣ ਮਿੱਤਰ ਨੂੰ ਕਿਸੇ ਨੇ ਪੁੱਛਿਆ ਵੀ ਤੂੰ ਅਖਬਾਰ ਸਗੀ ਕਿਸੇ ਲੈਂਗੁਏਜ ਦੇ ਵਿੱਚ ਉਹਨੂੰ ਪੁੱਛਿਆ ਵੀ ਤੂੰ ਅਖਬਾਰ ਰੋਜ਼ ਲੈਣਾ ਤੂੰ ਪੜ੍ਹਦਾ ਕਹਿੰਦਾ ਮੇਰੇ ਕੋਲ ਪੜ੍ਹਨ ਦਾ ਤਾਂ ਟਾਈਮ ਨਹੀਂ ਹੈਗਾ ਪਰ ਮੈਂ ਲੈਣਾ ਜ਼ਰੂਰੀ ਆ ਵੀ ਬਹੁਤ ਥੂੜੀਆਂ ਛਪਦੀਆਂ ਇਹ ਜੇ ਮੈਂ ਲੈਣੋਂ ਹਟ ਗਿਆ ਤੇ ਕਿਤੇ ਬੰਦ ਨਾ ਹੋ ਜਾ ਬੰਦ ਨਾ ਬਿਲਕੁਲ ਬਿਲਕੁਲ ਹਾਂ ਸੋ ਹਾਂਜੀ ਮੈਂ ਵੀ ਹੁਣ ਇੱਥੇ ਖੈਰ ਮੇਰਾ ਵੀ ਜਿਹੜਾ ਕਿਤੇ মিডিਆ ਦੇ ਨਾਲ ਹੁੰਦਾ ਤੇ ਮੇਰਾ ਵੀ ਮੋਸਟਲੀ ਇਹੀ ਹੁੰਦਾ ਕਿ ਉਹਦੇ ਤੋਂ ਸਾਨੂੰ ਕੁਝ ਬੈਨੀਫਿਟ ਹੁੰਦਾ ਜਾਂ ਨਹੀਂ ਹੁੰਦਾ ਜੀ ਪਰ ਸਪੋਰਟ ਇੱਕ ਚੀਜ਼ ਹੁੰਦੀ ਨਾ ਸਪੋਰਟ ਇਹਨਾਂ ਚੀਜ਼ਾਂ ਤੇ ਜ਼ਰੂਰੀ ਸੋ ਜਿਹੜਾ ਇਹ ਨਾਟਕ ਹੈਗਾ ਜੀ ਜਿਹੜਾ ਪਲੇ ਆ ਜ਼ਫਰਨਾਮਾ ਆਡੀਅנס ਨੂੰ ਜਿੰਨੇ ਮੇਰੇ ਸਰੋਤੇ ਇਸ ਵੇਲੇ ਆਪਣੇ ਦੇਖਣਗੇ ਸਾਡੀ ਇਸ ਵੀਡੀਓ ਨੂੰ ਉਹਨਾਂ ਨੂੰ ਕਹਿਣ ਦਾ ਇੱਕ ਸਾਡਾ ਮਕਸਦ ਇਹ ਹੈਗਾ ਆ ਕਿ ਜਿਹੜਾ ਨਾ ਪਲੇ ਆ ਇਹ ਪੁਰਾਣੀ ਇੱਕ ਪਰੰਪਰਾ ਆ ਸਾਡੀ ਜਦੋਂ ਸਾਡੇ ਕੋਲ ਸਿਨੇਮੇ ਦੇ ਸਾਧਨ ਨਹੀਂ ਸੀ ਪਿੰਡਾਂ ਦੇ ਵਿੱਚ ਸਾਡੇ ਹੁੰਦੇ ਹੁੰਦੇ ਸੀਗੇ ਇੱਕ ਪੁਰਾਣੀ ਪਰੰਪਰਾ ਆ ਸਾਡੀ ਇਹਨੂੰ ਜ਼ਿੰਦਾ ਰੱਖਣ ਲਈ ਤੁਹਾਡੀ ਸਪੋਰਟ ਆ ਇਹ ਜੀ ਤੁਸੀਂ 25 ਡਾਲਰ ਕੁਝ ਵੀ ਨਹੀਂ ਹੈਗੇ ਜੀ ਹਨਾ 25 ਡਾਲਰ ਦਾ ਤਾਂ ਆਈ ਮੀਨ ਇੱਕ ਟਾਈਮ ਦਾ ਖਾਣਾ ਵੀ ਨਹੀਂ ਹੁੰਦਾ ਇੱਕ ਜਣੇ ਦਾ ਵੀ ਨਹੀਂ ਹੁੰਦਾ ਹਨਾ ਕੁਝ ਵੀ ਤੇ ਜੇ ਤੁਸੀਂ ਆ ਜਾਣੇ ਬੱਚਿਆਂ ਨੇ ਤਾਂ ਜਦੋਂ ਕਿਤੇ ਉਹਨਾਂ ਦੇ ਕੰਮ ਦੀਆਂ ਫਿਲਮਾਂ ਲੱਗਦੀਆਂ ਉਹਨਾਂ ਦੇ ਕਾਨਸਰਟ ਹੁੰਦੇ ਉਹਨਾਂ ਦੇ ਗਾਉਣ ਵਾਲੇ ਹੁੰਦੇ ਉਹ ਤਾਂ ਆਪਣੇ ਆਪ ਚਲੇ ਜਾਂਦੇ ਸਾਰੇ ਥਾਈ ਹਨਾ ਪਰ ਇੱਥੇ ਤੁਹਾਨੂੰ ਚਾਹੀਦਾ ਕਿ ਤੁਸੀਂ ਆਪਣੇ ਬੱਚਿਆਂ ਨੂੰ ਬਜ਼ੁਰਗਾਂ ਨੂੰ ਪਰਿਵਾਰ ਨੂੰ ਨਾਲ ਲੈ ਕੇ ਆਓ ਇੱਕ ਯਾਦਗਾਰੀ ਚੀਜ਼ ਹੋਣੀ ਆ ਜੀ ਹਨਾ ਸਾਰੇ ਜ਼ਰੂਰ ਆਉਣ ਇੱਥੇ ਤੇ ਅ ਇਸ ਤੋਂ ਪਹਿਲਾਂ ਕਿ ਅਸੀਂ ਇਸ ਗੱਲਬਾਤ ਨੂੰ ਸਮੇਟੀਏ ਕਿਉਂਕਿ ਅਸੀਂ ਨਹੀਂ ਚਾਹੁੰਦੇ ਕਿ ਬਹੁਤ ਜ਼ਿਆਦਾ ਗੱਲ ਲੰਬੀ ਹੋਵੇ ਅ ਹੋਰ ਤੁਸੀਂ ਕੁਝ ਕਹਿਣਾ ਚਾਹੁੰਦੇ ਹੋ ਮੋ ਜੀ ਬਸ ਮੈਂ ਇਹੀ ਕਹਿਣਾ ਚਾਹੁੰਦਾ ਸਾਰੇ ਜਿੰਨੇ ਵੀ ਸਾਡੇ ਦਰਸ਼ਕ ਦੇਖਦੇ ਆ ਸਾਡਾ ਟੀਵੀ ਦੇ ਜਾਂ ਸੋਸ਼ਲ ਮੀਡੀਆ ਦੇ ਥਰੂ ਦੇਖਣਾ ਉਹ ਬੇਸ਼ੱਕ ਮੇਰਾ ਨੰਬਰ ਵੀ ਨਾਲ-ਨਾਲ ਚੱਲ ਰਿਹਾ ਸਕੱਤਰ ਸਿੰਘ ਸੰਧੂ ਭਾਜੀ ਉਹਨਾਂ ਦਾ ਇਹਨਾਂ ਨੂੰ ਤੁਸੀਂ ਅਪਰੋਚ ਕਰ ਸਕਦੇ ਆ ਸਾਰੇ ਗੁਰਦੁਆਰਾ ਸਹਿਬਾਨ ਜਿੰਨੇ ਵੀ ਸਾਡੇ ਇੱਥੇ ਸ਼ਾਟਲ ਦੇ ਗੁਰਦੁਆਰੇ ਆ ਹਰ ਇੱਕ ਗੁਰਦਾਰੇ ਦੇ ਵਿੱਚ ਪੋਸਟਰ ਵੀ ਲੱਗੇ ਹੋਏ ਆ ਔਰ ਤੁਸੀਂ ਕਿਸੇ ਵੀ ਪ੍ਰਬੰਧਕ ਨਾਲ ਜਾਂ ਭਾਈ ਸਾਹਿਬ ਨਾਲ ਗੱਲ ਕਰਕੇ ਇਹਦੀਆਂ ਟਿਕਟਾਂ ਦੇ ਬਾਬਤ ਜਾਂ ਹੋਰ ਕੋਈ ਵੀ ਇਨਫੋਰਮੇਸ਼ਨ ਲੈਣੀ ਹੈ ਉੱਥੋਂ ਲੈ ਸਕਦੇ ਆ ਤੁਸੀਂ ਤੇ ਟਿਕਟਾਂ ਆਲਮੋਸਟ ਇੱਥੇ ਤੁਹਾਡੇ ਪੰਜਾਬੀ ਸਾਰਿਆਂ ਸਟੋਰਾਂ ਦੇ ਉੱਤੇ ਅਸੀਂ ਕੋਸ਼ਿਸ਼ ਕਰ ਰਹੇ ਆ ਕਿ ਅਗਲੇ ਵੀਕ ਉੱਥੇ ਟਿਕਟਾਂ ਵੀ ਪਈਆਂ ਹੋਣਗੀਆਂ ਆਨਲਾਈਨ ਵੀ ਤੁਸੀਂ ਸਾਰੀ ਇਨਫੋਰਮੇਸ਼ਨ ਅਸੀਂ ਸਾਂਝੀ ਕਰ ਦਾਂਗੇ ਜੀ ਆਨਲਾਈਨ ਵੀ ਤੁਸੀਂ ਟਿਕਟ ਲੈ ਸਕਦੇ ਆ ਇਹ ਸਾਡੇ ਧਰਮ ਦੀ ਗੱਲ ਆ ਜੀ ਸਾਡੇ ਧਰਮ ਦੀ ਗੱਲ ਆ ਸਾਡੇ ਗੁਰੂਆਂ ਦੀ ਗੱਲ ਆ ਸਾਡੀ ਸਿਹਤ ਦੀ ਗੱਲ ਆ ਸਾਡੇ ਇਤਿਹਾਸ ਦੀ ਗੱਲ ਆ ਇੱਥੇ ਸਾਨੂੰ ਨਾ ਆਪਣੇ ਕਮਾਂਕਾਰਾਂ ਨੂੰ ਰਜੇਮਿਆਂ ਨੂੰ ਛੱਡ ਕੇ ਵੀ ਜੇ ਅਸੀਂ ਸਾਡੇ ਕੋਈ ਹੋਰ ਰਜੇਮੇ ਹੈਗੇ ਵੀ ਆ ਉਹਨਾਂ ਨੂੰ ਛੱਡ ਕੇ ਵੀ ਨਾ ਤੇ ਬੱਚਿਆਂ ਨੂੰ ਨਾਲ ਲੈ ਕੇ ਆਉਣਾ ਚਾਹੀਦਾ ਤੇ ਜਿਹੜਾ ਫੋਨ ਨੰਬਰ ਇੱਥੇ ਸਿਮਰਨ ਬਾਜੀ ਦਾ ਹੈਗਾ ਇਹ ਹੈਗਾ ਜੀ 5516660493 ਜੀ 5516660493 ਤੁਸੀਂ ਤੁਸੀਂ ਇਸ ਨੰਬਰ ਤੇ ਕਾਲ ਕਰ ਸਕਦੇ ਆ ਭਾਜੀ ਹੁਣੀ ਦੂਰ ਆ ਜੀ ਕਿਤੇ ਇੱਥੇ ਮੈਂ ਲਾਗੇ ਹੈਗਾ ਕੋਈ ਛੋਟੀ ਮੋਟੀ ਇਨਫੋਰਮੇਸ਼ਨ ਅੱਧੀ ਪਚਦੀ ਤੇ ਤੁਹਾਨੂੰ ਮੈਂ ਵੀ ਦੇ ਸਕਦਾ ਨਹੀਂ ਸਾਰੀ ਇਨਫੋਰਮੇਸ਼ਨ ਤੁਸੀਂ ਦੇ ਤੁਸੀਂ ਸਾਰੀ ਇਨਫੋਰਮੇਸ਼ਨ ਮੇਰਾ ਫੋਨ ਨੰਬਰ ਹੈਗਾ ਜੀ 2067660551 ਤੁਸੀਂ ਪਲੀਜ਼ ਜ਼ਰੂਰ ਪਹੁੰਚਿਓ 3 ਅਗਸਤ ਸ਼ਾਮ ਨੂੰ ਤੇ ਅ ਅਸੀਂ ਤੁਹਾਨੂੰ ਮਿਲਾਂਗੇ ਬਾਜੀ ਹੋਣੀ ਸਿਮਰਨ ਬਾਜੀ ਮੈਂ ਤੇ ਸਾਡੇ ਜਿੰਨੇ ਵੀ ਸਾਰੇ ਹੋ ਟੀਮ ਮੈਂਬਰ ਹੈਗੇ ਆ ਅਸੀਂ ਤੁਹਾਨੂੰ ਉਸ ਦਿਨ ਉੱਥੇ ਦਰਵਾਜ਼ੇ ਤੇ ਖੜਕੇ ਅੜਿਕਾਂਗੇ ਤੇ ਜੀ ਆਇਆਂ ਨੂੰ ਕਹਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ